ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਖਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ CISF ਦੇ ਵਿੱਚ ਕਾਂਸਟੇਬਲ ਡਰਾਈਵਰ ਦੀ ਜਿਹੜੀ ਭਰਤੀ ਆ ਡਰਾਈਵਰ ਕਮ ਪੰਪ ਆਪਰੇਟਰ ਦੀ ਦੋ ਤਰ੍ਹਾਂ ਦੀਆਂ ਪੋਸਟਾਂ ਸੀ ਉਹਦੇ ਵਿੱਚ ਤੇ ਉਹਦੇ ਸੰਬੰਧੀ ਦੋਸਤੋ ਇੱਕ ਵੀਡੀਓ ਮੈਂ ਪਾਰਟ 1 ਜਿਹੜਾ ਪਾ ਚੁੱਕਿਆ ਹਾਂ ਚੈਨਲ ਦੇ ਉੱਤੇ ਤੇ ਉੱਪਰ ਆਈ ਬਟਨ ਦੇ ਵਿੱਚ ਲਿੰਕ ਦਿੱਤਾ ਚੈੱਕ ਕਰ ਸਕਦੇ ਹੋ ਤੇ ਇਹ ਪਾਰਟ 2 ਹੈ ਦੋਸਤੋ ਉਸ ਵੀਡੀਓ ਦਾ CISF ਕਾਂਸਟੇਬਲ ਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਰਿਕਰੂਟਮੈਂਟ ਪ੍ਰੋਸੈਸ ਬਾਰੇ ਦੱਸਣ ਲੱਗਾ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੁੱਕੀ ਸੀਗੀ ਤੇ ਉਸ ਕਰਕੇ ਆਪਾਂ ਸੈਕੰਡ ਵੀਡੀਓ ਦੇ ਇਹ ਬਣਾ ਰਹੇ ਹਾਂ ਪਾਰਟ 2 ਬਣਾ ਰਹੇ ਹਾਂ ਦੋਸਤੋ ਇਹਦੇ ਰਿਕਰੂਟਮੈਂਟ ਪ੍ਰੋਸੈਸ ਦੇ ਵਿੱਚ ਕੀ ਕੀ ਹੋਣਾ ਨੋਟ ਕਰ ਲਓ ਸਭ ਤੋਂ ਪਹਿਲਾਂ ਦੋਸਤੋ ਹਾਈਟ 바ਰ ਟੈਸਟ ਹੋਣਾ ਸਭ ਤੋਂ ਪਹਿਲਾਂ ਤੁਹਾਡੀ ਹਾਈਟ ਮਾਪੀ ਜਾਣੀ ਆ ਕੈਂਡੀਡੇਟਸ ਵਿਲ ਬੀ ਪੁਟ ਥਰੂ ਹਾਈਟ 바ਰ ਟੈਸਟ ਕੁਆਲੀਫਾਈਡ ਕੈਂਡੀਡੇਟਸ ਇਨ ਹਾਈਟ 바ਰ ਟੈਸਟ ਵਿਲ ਬੀ ਫਰਦਰ ਪੁਟ ਥਰੂ ਫਿਜ਼ੀਕਲ ਸਟੈਂਡਰਡ ਟੈਸਟ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਡੀ ਹਾਈਟ ਮਾਪੀ ਜਾਣੀ ਆ ਜਿਹੜੇ ਵੀ ਕੈਂਡੀਡੇਟ ਹਾਈਟ ਦੇ ਵਿੱਚ ਪਰਫੈਕਟ ਹੋਣਗੇ ਹਾਈਟ ਉਹਨਾਂ ਦੀ ਪੂਰੀ ਹੋਏਗੀ ਜਿੰਨੀ ਮੰਗੀ ਹੋਈ ਆ ਹਾਈਟ ਉਨੀ ਹਾਈਟ ਉਹਨਾਂ ਦੀ ਹੋਏਗੀ ਦੈਨ ਉਹ ਕੈਂਡੀਡੇਟ ਜਿਹੜੇ ਫਰਦਰ ਪੀਐਸਟੀ ਲਈ ਜਾ ਸਕਦੇ ਆ ਪੀਐਸਟੀ ਜੀ ਦੋਸਤੋ ਫੁੱਲ ਫਾਰਮ ਆ ਫਿਜ਼ੀਕਲ ਸਟੈਂਡਰਡ ਟੈਸਟ ਠੀਕ ਹੈ ਜੀ ਤੇ ਫਿਜ਼ੀਕਲ ਸਟੈਂਡਰਡ ਟੈਸਟ ਪੀਐਸਟੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਪੀਈਟੀ ਡਾਕੂਮੈਂਟੇਸ਼ਨ ਔਰ ਟ੍ਰੇਡ ਟੈਸਟ ਤਾਂ ਇਹਦੇ ਵਿੱਚ ਕੀ ਹੋਣਾ ਜੀ ਜਿਹੜੇ ਵੀ ਕੈਂਡੀਡੇਟ ਪ੍ਰੋਵੀਜ਼ਨਲੀ ਅਕਸੈਪਟਡ ਨੇ ਪ੍ਰੋਵੀਜ਼ਨਲੀ ਅਕਸੈਪਟਰ ਤੋਂ ਭਾਵ ਹੁੰਦਾ ਕਿ ਜਿਨ੍ਹਾਂ ਦੇ ਫਾਰਮ ਜਿਹੜੇ ਪ੍ਰੋਵੀਜ਼ਨਲੀ ਤੌਰ ਤੇ ਅਕਸੈਪਟ ਹੋਏ ਆ ਭਾਵ ਕਿ ਸਕਰੂਟੀ ਪਹਿਲਾਂ ਨਹੀਂ ਹੁੰਦੀ ਸਕਰੂਟੀ ਬਾਅਦ ਦੇ ਵਿੱਚ ਹੀ ਹੁੰਦੀ ਹੈ ਕਿਉਂਕਿ ਨੰਬਰ ਆਫ ਫਾਰਮਸ ਅੱਜ ਕੱਲ ਕਾਫੀ ਭਰੇ ਜਾਂਦੇ ਆ ਉਸ ਕਰਕੇ ਫਾਊਂਡ ਟੂ ਬੀ ਆਰਡਰ ਵਿਲ ਬੀ ਅਸਾਈਨਡ ਰੋਲ ਨੰਬਰ ਐਂਡ ਕਾਲਡ ਫਾਰ ਦਾ ਫਰਸਟ ਸਟੇਜ ਆਫ ਰਿਕਰੂਟਮੈਂਟ ਠੀਕ ਹੈ ਜੀ ਤਾਂ ਉਹਨਾਂ ਨੂੰ ਪ੍ਰੋਵੀਜ਼ਨਲੀ ਆਧਾਰ ਤੇ ਰੋਲ ਨੰਬਰ ਅਸਾਈਨ ਹੋ ਜਾਣਗੇ ਥੈਨ ਉਹਨਾਂ ਨੂੰ ਫਰਸਟ ਸਟੇਜ ਆਫ ਰਿਕਰੂਟਮੈਂਟ ਦੇ ਲਈ ਸੱਦਿਆ ਜਾਵੇਗਾ ਤੇ ਫਰਸਟ ਸਟੇਜ ਆਫ ਰਿਕਰੂਟਮੈਂਟ ਦੇ ਵਿੱਚ ਤੁਹਾਡਾ ਪੀਐਸਟੀ ਪੀਈਟੀ ਡਾਕੂਮੈਂਟੇਸ਼ਨ ਐਂਡ ਟ੍ਰੇਨ ਟੈਸਟ ਠੀਕ ਹੈ ਜੀ ਕੰਡਕਟ ਕੀਤਾ ਜਾਣਾ ਹੈ ਜਿਹੜਾ ਸੈਕੰਡ ਪ੍ਰੋਸੀਜਰ ਹੈ ਹਾਈਟ ਤੋਂ ਬਾਅਦ ਵਾਲਾ ਤੇ ਕੈਂਡੀਡੇਟ ਜਿਹੜੇ ਕੀ ਐਲੀਜੀਬਲ ਹੋਣਗੇ ਹਾਈਟ 바 ਟੈਸਟ ਦੇ ਵਿੱਚ ਉਹਨਾਂ ਦਾ ਫਿਜ਼ੀਕਲ ਸਟੈਂਡਰਡ ਟੈਸਟ ਤੇ ਉਸ ਤੋਂ ਬਾਅਦ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ ਹੁਣ ਫਿਜ਼ੀਕਲ ਸਟੈਂਡਰਡ ਟੈਸਟ ਦੇ ਵਿੱਚ ਤੁਹਾਡਾ ਕੀ ਹੋਣਾ ਜਿਹੜੇ ਕੈਂਡੀਡੇਟ ਦੀ ਹਾਈਟ ਸਹੀ ਪਾਈ ਗਈ ਉਹਨਾਂ ਦੀ ਚੈਸਟ ਮਾਪੀ ਜਾਏਗੀ weight ਮਾਪਿਆ ਜਾਏਗਾ weight ਦਾ ਮੈਂ ਤੁਹਾਨੂੰ ਆਲਵੇਸ ਦੱਸ ਹੀ ਚੁੱਕਿਆ ਪਹਿਲਾਂ ਦੱਸ ਚੁੱਕਿਆ ਕਿ ਪ੍ਰੋਪੋਰਸ਼ਨੇਟ ਟੂ ਹਾਈਟ ਦੇ ਹਿਸਾਬ ਨਾਲ ਤੁਹਾਡਾ ਪ੍ਰੋਪੋਰਸ਼ਨੇਟ ਹੋਣਾ ਚਾਹੀਦਾ ਠੀਕ ਹੈ ਜੀ ਉਹ ਜੋ ਵੀ weight ਹੈ ਤੇ height ਤੇ age ਦੇ ਹਿਸਾਬ ਨਾਲ ਤੇ ਫਿਜ਼ੀਕਲ ਸਟੈਂਡਰਡਸ ਨੇ ਜਿਹੜੇ ਆਲਰੇਡੀ ਦੱਸੇ ਹੋਏ ਆ ਮੈਂ ਤੁਹਾਨੂੰ ਪਾਰਟ 1 ਦੇ ਵਿੱਚ ਦੱਸ ਚੁੱਕਿਆ ਕਿ ਕਿੰਨੀ height ਚਾਹੀਦੀ ਹੈ ਕਿੰਨਾ weight ਚਾਹੀਦਾ ਕਿੰਨੀ chest ਚਾਹੀਦੀ ਹੈ ਤਾਂ ਉਸ ਅਕੋਰਡਿੰਗ ਤੁਹਾਡਾ PST ਹੋਣਾ ਫਿਜ਼ੀਕਲ ਸਟੈਂਡਰਡ ਟੈਸਟ ਦੇ ਵਿੱਚ ਤੁਹਾਡੀ height ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹਾਂ chest ਤੇ weight ਵੀ ਜਿਹੜਾ ਮਾਪਿਆ ਜਾਣਾ ਉਸ ਤੋਂ ਬਾਅਦ ਜੀ ਨੈਕਸਟ ਜਿਹੜਾ ਪ੍ਰੋਸੀਜਰ ਹੈ ਜੀ ਜਿਹੜੀ ਵੀ ਰਿਲੈਕਸੇਸ਼ਨ ਵਗੈਰਾ ਹਾਈਟ ਚੈਸਟ ਦੇ ਵਿੱਚ ਹੈ ਉਹ ਆਲਰੇਡੀ ਦਿੱਤੀ ਹੋਈ ਆ ਗੋਰਖਾ ਵਗੈਰਾ ਨੂੰ ਜਿਹੜੇ ਬਿਲੋਂਗ ਕਰਦੇ ਆ ਉਹਨਾਂ ਲਈ ਰਿਲੈਕਸੇਸ਼ਨ ਹੈਗੀ ਆ ਜੀ ਤੇ ਜਿਹੜੇ ਵੀ ਕੈਂਡੀਡੇਟ ਫਿਜ਼ੀਕਲ ਸਟੈਂਡਰਡ ਟੈਸਟ ਦੇ ਵਿੱਚ ਜਿਹੜੇ ਵੀ ਸਹੀ ਪਾਏ ਜਾਣਗੇ ਉਹ ਜਿਹੜੇ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਲਈ ਅੱਗੇ ਅਪੀਅਰ ਹੋਣਗੇ ਜੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੇ ਵਿੱਚ ਹੁਣ ਕੀ ਹੋਣਾ ਇਹ ਵੀ ਨੋਟ ਕਰ ਲਓ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੇ ਵਿੱਚ ਦੋਸਤੋ ਪੀਟੀਏ ਨੂੰ ਕਿਹਾ ਜਾਂਦਾ ਤਾ ਇਹਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ 800 ਮੀਟਰ ਦੀ ਰਨਿੰਗ ਹੋਣੀ ਆ 3 ਮਿੰਟ 15 ਸੈਕਿੰਡ ਦੇ ਵਿੱਚ ਤੁਸੀਂ ਕੰਪਲੀਟ ਕਰਨੀ ਆ ਜੀ 800 ਮੀਟਰ ਦੀ ਰਨਿੰਗ ਆ ਜੀ 3 ਮਿੰਟ 15 ਸੈਕਿੰਡ ਦੇ ਵਿੱਚ ਤੁਸੀਂ ਕੰਪਲੀਟ ਕਰਨੀ ਆ ਤਾਂ ਕੋਈ ਮੁਸ਼ਕਲ ਨਹੀਂ ਆ ਕਰ ਸਕਦੇ ਹੋ ਉਸ ਤੋਂ ਬਾਅਦ ਜੀ ਲੌਂਗ ਜੰਪਰ ਸੈਕਿੰਡ ਸੈਕਿੰਡ ਜਿਹੜਾ ਇਵੈਂਟ ਆ ਉਹ ਚ ਲੌਂਗ ਜੰਪ ਆ 11 ਫੁੱਟ ਦਾ ਲੌਂਗ ਜੰਪ ਆ ਜੀ ਤਿੰਨ ਚਾਂਸ ਮਿਲਣਗੇ ਠੀਕ ਆ ਜੀ ਕੋਈ ਜ਼ਿਆਦਾ ਨਹੀਂ ਆ ਠੀਕ ਆ ਉਸ ਤੋਂ ਬਾਅਦ ਜੀ ਹਾਈ ਜੰਪ ਰੱਖਿਆ ਗਿਆ 3 ਫੁੱਟ 6 ਇੰਚ ਦਾ ਹਾਈ ਜੰਪ ਆ ਜੀ ਇਹਦੇ ਲਈ ਵੀ ਤੁਹਾਨੂੰ ਤਿੰਨ ਚਾਂਸ ਜਿਹੜੇ ਦਿੱਤੇ ਜਾਣਗੇ ਜੀ ਹਾਈ ਜੰਪ ਦੋਸਤੋ 3 ਫੁੱਟ 6 ਇੰਚ ਦਾ ਤਿੰਨ ਚਾਂਸ ਹੈ ਠੀਕ ਹੈ ਪੁਲਿਸ ਵਗੈਰਾ ਦੇ ਵਿੱਚ ਤੁਸੀਂ ਤਿਆਰੀ ਕਰਦੇ ਕਰਦੇ ਰਹੇ ਹੋ ਉਹਦੇ ਵਿੱਚ ਹਾਈ ਜੰਪ ਵਗੈਰਾ ਦੀ ਤਿਆਰੀ ਕਰਦੇ ਨੇ ਤਾਂ ਇਜ਼ੀਲੀ ਹੋ ਜਾਣਾ ਹੈ ਉਸ ਤੋਂ ਬਾਅਦ ਜੀ ਕੈਂਡੀਡੇਟ ਵਿਲ ਹੈਵ ਟੂ ਕੁਆਲੀਫਾਈ ਇਚ ਇਵੈਂਟ ਆਫ ਪੀਟੀ ਠੀਕ ਹੈ ਸਾਰੇ ਇਵੈਂਟ ਤੁਹਾਨੂੰ ਕੁਆਲੀਫਾਈ ਕਰਨੇ ਪੈਣਗੇ ਤੇ ਇਹਦੇ ਵਿੱਚ ਕੋਈ ਵੀ ਅਪੀਲ ਨਹੀਂ ਆ ਪੀਟੀ ਦੇ ਵਿੱਚ ਤੁਸੀਂ ਕੋਈ ਅਪੀਲ ਨਹੀਂ ਕਰ ਸਕਦੇ ਜੇਕਰ ਤੁਸੀਂ ਡਿਸਕਵਾਲਿਫਾਈ ਹੋ ਜਾਨੇ ਤਾਂ ਉਸ ਤੋਂ ਬਾਅਦ ਜੀ ਤੁਹਾਡੀ ਡਾਕੂਮੈਂਟੇਸ਼ਨ ਹੋਣੀ ਆ ਤੇ ਡਾਕੂਮੈਂਟੇਸ਼ਨ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਡਾਕੂਮੈਂਟਸ ਚੈੱਕ ਹੋਣੇ ਤੁਹਾਡੇ ਐਜੂਕੇਸ਼ਨਲ ਸਰਟੀਫਿਕੇਟ ਚ ਡੇਟ ਆਫ ਬਰਥ ਸੰਬੰਧੀ ਤੁਹਾਡਾ ਟੈਂਸਰ ਸਰਟੀਫਿਕੇਟ ਚੈੱਕ ਹੋਣਾ ਵੈਲਿਡ ਹੈਵੀ ਮੋਟਰ ਵਹੀਕਲ ਲਾਈਟ ਮੋਟਰ ਵਹੀਕਲ ਐਂਡ ਮੋਟਰਸਾਈਕਲ ਵਿਦ ਗੇਅਰ ਡਰਾਈਵਿੰਗ ਲਾਇਸੈਂਸ ਜਿਹੜਾ ਇਹ ਤੁਹਾਡਾ ਚੈੱਕ ਹੋਣਾ ਠੀਕ ਹੈ ਤੇ ਜਿਨੇ ਨਹੀਂ ਬਣਵਾਇਆ ਹੁਣ ਬਣਵਾ ਲਓ ਲਾਇਸੈਂਸ ਠੀਕ ਹੈ ਅਪਗ੍ਰੇਡ ਵੀ ਕਰਵਾ ਲਓ ਨੂੰ ਹੈਵੀ ਦੇ ਵਿੱਚ ਵੀ ਕਰਵਾ ਲਓ ਜਿਨੇ ਹਾਲ ਤੱਕ ਨਹੀਂ ਕਰਵਾਇਆ ਕਿਉਂਕਿ ਹਲੇ ਟਾਈਮ ਪਿਆ ਠੀਕ ਹੈ ਕਿਉਂਕਿ ਫਰਵਰੀ ਤੱਕ ਫਾਰਮ ਅਪਲਾਈ ਕਰਨੇ ਆ ਉਦੋਂ ਤੱਕ ਤੁਹਾਡਾ ਹੈਵੀ ਦਾ ਵੀ ਬਣ ਜਾਣਾ ਇਸ ਕਰਕੇ ਇਹ ਵੀ ਚੀਜ਼ ਆ ਕਿ ਲਾਇਸੈਂਸ ਜਿਹਨੇ ਨਹੀਂ ਬਣਵਾਇਆ ਹੁਣ ਬਣਵਾ ਲਓ ਉਸ ਤੋਂ ਬਾਅਦ ਜੀ ਐਸਸੀ ਐਸਟੀ ਓਬੀਸੀ ਈਡਬਲਯੂ ਸਰਟੀਫਿਕੇਟ ਜਿਹੜਾ ਵੀ ਜੇਕਰ ਤੁਸੀਂ ਰਿਜ਼ਰਵ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਉਹ ਸਰਟੀਫਿਕੇਟ ਤੁਹਾਡਾ ਚਾਹੀਦਾ ਜੀ ਤੇ ਜੇਕਰ ਕੋਈ ਐਕਸ ਸਰਵਿਸਮੈਨ ਹੋਣ ਦੀ ਡਿਸਚਾਰਜ ਸਰਟੀਫਿਕੇਟ ਵਗੈਰਾ ਚਾਹੀਦਾ ਤੇ ਕੋਈ ਵੀ এমਪਲੋਇਡ ਆ ਤਾਂ ਐਨਓਸੀ ਵਗੈਰਾ ਤੁਹਾਡੀ ਹੋਵੇ ਤੇ ਇਹ ਸਾਰੇ ਤਮਾਮ ਸਰਟੀਫਿਕੇਟ ਤੁਹਾਡੇ ਚਾਹੀਦੇ ਇਸ ਤੋਂ ਇਲਾਵਾ origignal ਤੁਹਾਡਾ ਆਈਡੀ ਪ੍ਰੂਫ ਚਾਹੀਦਾ ਜੀ ਕੋਈ ਵੀ ਆਈਡੀ ਪ੍ਰੂਫ ਹੋਵੇ ਤੁਹਾਡਾ origignal ਫੋਟੋਸ ਵਗੈਰਾ ਚਾਹੀਦੀਆਂ ਤਾਂ ਇਹ ਚੀਜ਼ ਤੁਹਾਡੀ ਡਾਕੂਮੈਂਟੇਸ਼ਨ ਦੇ ਵਿੱਚ ਚ ਤਦਨ ਦੋਸਤੋ ਟ੍ਰੇ ਟੈਸਟ ਹੋਣਾ ਜੀ ਟ੍ਰੇ ਟੈਸਟ ਦੇ ਵਿੱਚ ਤੁਹਾਡਾ ਕੀ ਹੈ ਕਿ ਜਦੋਂ ਸਾਰਾ ਪ੍ਰੋਸੀਜਰ ਹੋ ਗਿਆ ਤੁਹਾਡਾ ਵੈਰੀਫਿਕੇਸ਼ਨ ਹੋ ਗਈ ਡਾਕੂਮੈਂਟਸ ਦੀ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋ ਗਿਆ ਫਿਜ਼ੀਕਲ ਸਟੈਂਡਰਡ ਟੈਸਟ ਹੋ ਗਿਆ ਉਸ ਤੋਂ ਬਾਅਦ ਜੀ ਤੁਹਾਡਾ ਟ੍ਰੇ ਟੈਸਟ ਹੋਣਾ ਟ੍ਰੇ ਟੈਸਟ ਦੇ ਵਿੱਚ ਤੁਹਾਡਾ ਕੀ ਹੋਣਾ ਜੀ ਡਰਾਈਵਿੰਗ ਟੈਸਟ ਹੋਣਾ ਲਾਈਟ ਵਹੀਕਲ ਦੇ ਲਈ ਠੀਕ ਹੈ ਤੇ ਟੋਟਲ ਇਹਦੇ 50 ਮਾਰਕਸ ਹੋਣਗੇ ਲਾਈਟ ਵਹੀਕਲ ਦੇ ਲਈ ਡਰਾਈਵਿੰਗ ਟੈਸਟ ਦੇ 50 ਮਾਰਕਸ ਹੋਣਗੇ ਕੁਆਲੀਫਾਈਂਗ ਮਾਰਕਸ ਜਿਹੜੇ 25 ਮਾਰਕਸ ਹੋਣਗੇ 25 ਨੰਬਰ ਚਾਹੀਦਾ ਟੈਸਟ ਕੁਆਲੀ ਡਰਾਈਵਿੰਗ ਟੈਸਟ ਉਹਨਾ ਤੋਂ ਤੁਹਾਡਾ ਹੈਵੀ ਵਹੀਕਲ ਦਾ ਟੋਟਲ ਜਿਹੜੇ 50 ਮਾਰਕਸ ਹੈ ਦੇ ਵਿੱਚ ਵੀ 25 ਨੰਬਰ ਤੁਹਾਨੂੰ ਚਾਹੀਦੇ ਆ ਟੈਸਟ ਨੂੰ ਕੁਆਲੀਫਾਈ ਕਰਨ ਦੇ ਲਈ ਉਸ ਤੋਂ ਬਾਅਦ ਜੀ ਪ੍ਰੈਕਟੀਕਲ ਨੋਲਿਜ ਜੋ ਤੁਹਾਡੀ ਦੇਖਣਗੇ ਉਹ ਮੋਟਰ ਮਕੈਨਿਜ਼ਮ ਦੀ ਤੁਹਾਨੂੰ ਨੋਲਿਜ ਹੈਗੀ ਆ ਜੇ ਕੋਈ ਦਿੱਕਤ ਆ ਜਾਂਦੀ ਹੈ ਵਹੀਕਲ ਦੇ ਵਿੱਚ ਕੋਈ ਮਾਈਨਰ ਦਿੱਕਤ ਆ ਜਾਂਦੀ ਹੈ ਤਾਂ ਤੁਸੀਂ ਉਹਨੂੰ ਠੀਕ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਤਾਂ ਉਹ 30 ਨੰਬਰ ਦਾ ਤੁਹਾਡਾ ਹੋਏਗਾ ਉਹਦੇ ਵਿੱਚ ਤੁਹਾਨੂੰ 15 ਨੰਬਰ ਚਾਹੀਦੇ ਆ ਕੁਆਲੀਫਾਈਂਗ ਕੁਆਲੀਫਾਈ ਕਰਨ ਦੇ ਲਈ ਤੇ ਪਹਿਲਾਂ ਮੈਂ ਤੁਹਾਨੂੰ ਪਾਰਟ 1 ਦੇ ਵਿੱਚ ਸ਼ਾਇਦ ਮੈਂ ਗਲਤੀ ਨਾਲ ਇਹ ਦੱਸ ਚੁੱਕਿਆ ਕਿ ਤੁਹਾਨੂੰ ਲਾਈਟ ਵਹੀਕਲ ਦਾ ਲਾਇਸੈਂਸ ਜਾਂ ਫਿਰ ਹੈਵੀ ਵਹੀਕਲ ਦਾ ਲਾਇਸੈਂਸ ਚਾਹੀਦਾ ਤੁਹਾਨੂੰ ਦੋਨੋਂ ਲਾਇਸੈਂਸ ਚਾਹੀਦੇ ਆ ਠੀਕ ਹੈ ਲਾਈਟ ਦਾ ਵੀ ਲਾਇਸੈਂਸ ਹੋਵੇ ਤੁਹਾਡੇ ਕੋਲ ਹੈਵੀ ਦਾ ਵੀ ਲਾਇਸੈਂਸ ਹੋਵੇ ਠੀਕ ਹੈ ਇਹ ਦੋਨੋਂ ਲਾਇਸੈਂਸ ਤੁਹਾਡੇ ਕੋਲ ਹੋਣੇ ਚਾਹੀਦੇ ਨੋਟ ਕਰ ਲਓ ਮੰਡੇਟਰੀ ਆ ਇਹ ਤੇ ਉਸ ਤੋਂ ਬਾਅਦ ਜੀ ਇਹ ਮੈਂ ਤੁਹਾਨੂੰ ਪਹਿਲੇ ਕਮੈਂਟ ਦੇ ਵਿੱਚ ਮੈਨੂੰ ਵੀ ਕਰ ਦਾਂਗਾ ਪਹਿਲੀ ਵੀਡੀਓ ਦੇ ਵਿੱਚ ਠੀਕ ਹੈ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ ਉਸ ਤੋਂ ਬਾਅਦ ਜੀ ਜਿਹੜੇ ਵੀ ਕੈਂਡੀਡੇਟ ਮਿਨੀਮਮ ਕੱਟ ਆਫ ਮਾਰਕਸ ਜਿਹੜੇ ਕਲੀਅਰ ਕਰਨਗੇ ਦੈਨ ਉਹਨਾਂ ਦਾ ਅੱਗੇ ਰਿਟਨ ਟੈਸਟ ਹੋਣਾ ਜੀ ਜਿਹੜੇ ਵੀ ਟ੍ਰੇ ਟੈਸਟ ਦੇ ਵਿੱਚ ਕਲੀਅਰ ਹੋਣਗੇ ਦੈਨ ਉਹਦਾ ਰਿਟਨ ਟੈਸਟ ਹੋਣਾ ਜੀ ਤੇ ਰਿਟਨ ਟੈਸਟ ਦੇ ਵਿੱਚ ਤੁਹਾਡੀ ਜਨਰਲ ਨੋਲੇਜ ਹੈ ਜਨਰਲ ਨੋਲੇਜ ਉਸ ਤੋਂ ਬਾਅਦ ਜੀ ਮੈਥਮੈਟਿਕਸ ਹੈ ਤੇ ਐਬਿਟਿਊਡ ਵਗੈਰਾ ਤੇ ਦੈਨ ਤੁਹਾਡੀ ਰੀਜ਼ਨਿੰਗ ਵਗੈਰਾ ਆਏਗੀ ਠੀਕ ਹੈ ਟੂ ਟੈਸਟ ਦਾ ਬੇਸਿਕ ਨੋਲੇਜ ਆਫ ਕੈਂਡੀਡੇਟ ਇਨ ਇੰਗਲਿਸ਼ ਔਰ ਹਿੰਦੀ ਠੀਕ ਹੈ ਤਾਂ ਇੱਕ ਗੱਲ ਤੁਹਾਡੇ ਐਗਜ਼ਾਮ ਦੇ ਵਿੱਚ ਆਏਗਾ ਜੋ ਵੀ ਸਿਲੇਬਸ ਹੈ 100 ਕੁਐਸਚਨ ਦਾ 100 ਮਾਰਕਸ ਦਾ ਪੇਪਰ ਆਏਗਾ 100 ਕੁਐਸਚਨ ਹੋਣਗੇ ਐਮਸੀਕਿਊ ਬੇਸਡ ਪੇਪਰ ਹੋਏਗਾ ਤੇ ਕੋਈ ਵੀ ਨੈਗੇਟਿਵ ਮਾਰਕਿੰਗ ਇਸ ਪੇਪਰ ਦੇ ਵਿੱਚ ਨਹੀਂ ਹੋਏਗੀ ਇਹ ਵੀ ਨੋਟ ਕਰ ਲਓ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ ਮਿਨਿਮਮ ਜਿਹੜੇ ਪਾਸਿੰਗ ਮਾਰਕਸ ਰੱਖੇ ਗਏ ਆ ਫਾਰ ਕੁਆਲੀਫਾਈਂਗ ਫਾਰ ਨੈਕਸਟ ਸਟੇਜ ਉਹ ਰੱਖਿਆ ਗਿਆ ਜੀ ਜਨਰਲ ایਡਬਲੂਐਸ ਐਕਸ ਸਰਵਿਸਮੈਨ ਲਈ 35% ਐਸਸੀ ਐਸਟੀ ਓਬੀਸੀ ਦੇ ਲਈ 33% ਮਾਰਕਸ ਰੱਖੇ ਗਏ ਆ ਅਗਲੀ ਸਟੇਜ ਤੱਕ ਪਹੁੰਚਣ ਦੇ ਲਈ ਠੀਕ ਹੈ ਜਿਹੜੇ ਵੀ ਕੈਂਡੀਡੇਟ ਕੁਆਲੀਫਾਈ ਕਰਨਗੇ ਨੰਬਰ ਲੈਣਗੇ ਉਹਨਾਂ ਦੇ ਅ ਤੇ ਉਸ ਤੋਂ ਬਾਅਦ ਜੀ ਇਹ ਸੀ ਸਾਰਾ ਪ੍ਰੋਸੀਜਰ ਤੇ ਕੁਝ ਨਹੀਂ ਪਤਾ ਲੱਗ ਰਿਹਾ ਹਾਲੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਪੂਰੀ ਸਤਾ ਕਰਾਂਗੇ ਦੱਸਣ ਦੀ ਤੇ ਬਾਕੀ ਅਪਡੇਟਸ ਸੀ ਸਾਨੂੰ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਸਿਕਾ